ਹੈਲੋ ਸਟੂਡੈਂਟਸ ਤੁਹਾਡਾ ਮੇਰੇ ਚੈਨਲ ਟੀਚਿੰਗ ਰਸਤੇ ਸਵਾਗਤ ਹੈ ਬੱਚਿਓ ਅੱਜ ਆਪਾਂ ਈਟੀਟੀ 435 ਦੀਆਂ ਜਿਹੜੀਆਂ ਲਿਸਟਾਂ ਨੇ ਉਹਨਾਂ ਸੰਬੰਧੀ ਹੈ ਜਿਹੜੀ ਆਪਾਂ ਗੱਲਬਾਤ ਕਰਾਂਗੇ ਪਰ ਬੱਚਿਓ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਤੇ ਬੱਚਿਓ ਸਭ ਤੋਂ ਪਹਿਲਾਂ ਇੱਕ ਇੰਪੋਰਟੈਂਟ ਜਿਹੜੀ ਅਨਾਉਂਸਮੈਂਟ ਹੈ ਉਹ ਅਸੀਂ ਆਪਣੇ ਚੈਨਲ ਤੇ ਕਰ ਰਹੇ ਹਾਂ ਕਿ ਅਸੀਂ ਹੁਣ +2 ਬੇਸ ਇੱਕ ਪਲੱਸ 2 ਬੇਸ ਤੇ ਤੇ ਦੂਜੀ ਬੀਏ ਬੇਸ ਤੇ ਆ ਜਿਹੜੀ ਆਪਾਂ ਪੋਸਟਾਂ ਬਾਰੇ ਜਿਹੜੀ ਤੁਹਾਨੂੰ ਦੱਸਿਆ ਕਰਾਂਗੇ ਗਵਰਨਮੈਂਟ ਪੋਸਟਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਜਿਹੜਾ ਤੁਹਾਨੂੰ ਦੱਸਿਆ ਕਰਾਂਗੇ ਕਿਉਂਕਿ ਬੱਚੇ ਉਹ ਬਹੁਤ ਸਾਰੇ ਬੱਚੇ ਜਿਹੜਾ ਈਜੀਟੀ ਦੇ ਵਿੱਚ ਜਿਹੜੇ ਲੱਗੇ ਹੋਏ ਆ ਪਰ ਤੁਹਾਨੂੰ ਪਤਾ ਹੀ ਹੈ ਸਾਡੀ ਭਰਤੀਆਂ ਜਿਹੜੀ 2364 635 ਤੇ 994 ਇਹਨਾਂ ਤੇ ਜਿਹੜਾ ਕੇਸ ਵਗੈਰਾ ਜਿਹੜੇ ਲੱਗਦੇ ਰਹਿੰਦੇ ਆ ਤੇ ਬੱਚੇ ਜਿਹੜੇ ਬਹੁਤ ਜ਼ਿਆਦਾ ਜਿਹੜੇ ਮਨ ਦੇ ਤੌਰ ਤੇ ਜਿਹੜਾ ਜਿਹੜੇ ਦੁਖੀ ਰਹਿੰਦੇ ਨੇ ਤਾਂ ਇਸ ਕਰਕੇ ਬੱਚਿਓ ਅਸੀਂ ਇੱਕ ਇਹ ਸੋਚਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਗਵਰਨਮੈਂਟ ਹੋਰ ਵੀ ਜਿਹੜੀ ਜੋਬਸ ਆndੀਆਂ ਨੇ ਉਹਨਾਂ ਦੇ ਬਾਰੇ ਜਿਹੜਾ ਜਾਗਰੂਕਾ ਜਿਹੜਾ ਕਰਿਆ ਜਾਵੇ ਕਿ ਉਹ ਇਹਨਾਂ ਤੋਂ ਹਟ ਕੇ ਥੋੜਾ ਜਿਹਾ ਜਿਹੜਾ ਆਪਣਾ ਧਿਆਨ ਹੈ ਹੋਰ ਨੌਕਰੀਆਂ ਵੱਲ ਵੀ ਜਿਹੜਾ ਕਰ ਸਕਣ ਤੇ ਬੱਚਿਓ ਇਸ ਕਰਕੇ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਲਾਈਕ ਜ਼ਰੂਰ ਕਰਿਓ ਹੁਣ ਬੱਚਿਓ ਆਪਾਂ ਆਪਣੀ ਗੱਲ ਕਰਦੇ ਹਾਂ ਕਿ ਸਾਡੀ ਜਿਹੜੀ ETT 635 ਦੀਆਂ ਲਿਸਟਾਂ ਜਿਹੜੀ ਉਹ ਕਦੋਂ ਆ ਸਕਦੀਆਂ ਬੱਚੇ ਜੀ ਮੈਂ ਕਿ ਮੈਂ ਤੁਹਾਨੂੰ ਕੱਲ ਵੀ ਜਿਹੜੀ ਵੀਡੀਓ ਪਾਈ ਸੀਗੀ ਉਸ ਦੇ ਵਿੱਚ ਵੀ ਦੱਸਿਆ ਸੀ ਕਿ ਜਿਹੜੀ 635 ਦੀਆਂ ਜਿਹੜੀਆਂ ਲਿਸਟਾਂ ਹਨ ਉਹਨਾਂ ਦਾ ਕੰਮ ਹੈ ਜਿਹੜਾ ਹੁਣ ਚੱਲ ਰਿਹਾ ਹੈ ਤੇ ਹੁਣ ਵੀ ਜਿਹੜੀ ਹੁਣ ਸਾਡੀ ਮੀਟਿੰਗ ਹੋਈ ਹੈ ਐਮ ਐਜੂਕੇਸ਼ਨ ਮਿਨਿਸਟਰ ਜੀ ਨਾਲ ਹੈ ਜਿਹੜੀ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਤੁਹਾਡੀਆਂ ਲਿਸਟਾਂ ਜਿਹੜੀ ਦੋਨੋਂ ਹੀ ਤਿਆਰ ਹੋ ਗਈਆਂ ਹਨ ਪਰ ਚਲੋ ਥੋੜਾ ਜਿਹਾ ਉਹਨਾਂ ਨੂੰ ਵੀ ਹੁੰਦਾ ਹੈ ਕਿ ਜਿਹੜੀ ਵੈਰੀਫਿਕੇਸ਼ਨ ਵਗੈਰਾ ਕਰਨੀ ਹੁੰਦੀ ਹੈ ਕਈ ਵਾਰ ਇਹ ਜਿਹੜਾ ਬੱਚਿਆਂ ਦੀ ਜਿਹੜੀ ਗਲਤ ਜਾਂ ਲਿਸਟ ਦੇ ਬੱਚਿਆਂ ਜਿਹੜੀ ਨਾਮ ਹੈ ਉਹ ਚੈੱਕ ਕਰਨੀ ਹੁੰਦੀ ਹੈ ਤਾਂ ਇਸ ਕਰਕੇ ਬੱਚਿਓ ਜਿਹੜੀ ਹੈ ਸਾਡੀ ਲਿਸਟਾਂ ਜਿਹੜੀ ਇੱਕ ਵਾਰ ਵੈਰੀਫਾਈ ਹੋ ਕੇ ਤਾਂ ਤੁਹਾਨੂੰ ਇਹ ਜਿਹੜੀਆਂ ਸਾਨੂੰ 사이ਟ ਤੇ ਜਿਹੜੀ ਜਲਦੀ ਤੋਂ ਜਲਦੀ ਇਹ ਜਿਹੜੀ ਲਿਸਟਾਂ ਨੇ ਦੇਖਣ ਨੂੰ ਮਿਲਣਗੀਆਂ ਤਾਂ ਬੱਚਿਓ ਇਹ ਅੱਜ ਦੀ ਜਿਹੜੀ ਅਪਡੇਟ ਸੀਗੀ ਤਾਂ ਬੱਚਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਸਾਡੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸਟੂਡੈਂਟਸ